ਹੁਸ਼ਿਆਰਪੁਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ। ਕੁਝ ਦਿਨ ਪਹਿਲਾਂ ਤੁਲਸੀ ਨਗਰ ਵਿਖੇ ਫਾਇਰਿੰਗ ਕਰਨ ਵਾਲੇ ਦੋ ਨੌਜਵਾਨ ਮੌਲਟਾਊਨ ਪੁਲਿਸ ਵੱਲੋਂ ਕੀਤੇ ਗਏ ਕਾਬੂ। ਇਹਨਾਂ ਕੋਲੋਂ ਦੋ ਦੇਸੀ ਪਿਸਤੌਲ ਵੀ ਬਰਾਮਦ ਕੀਤੇ ਗਏ। ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦੇ ਹੋਏ SSP ਸਰਤਾਜ ਸਿੰਘ ਚਹਿਲ, ਹੁਸ਼ਿਆਰਪੁਰ ਪੁਲਿਸ ਨੂੰ ਹੀਨਸ ਕ੍ਰਾਈਮ ਦੇ ਮੁਹਿੰਮ ਦੇ ਵਿਰੁੱਧ ਵੱਡੀ ਸਫਲਤਾ ਮਿਲੀ ਹੈ, ਜਿਸ ਦੇ ਤਹਿਤ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ ਨੇ। ਹੁਸ਼ਿਆਰਪੁਰ ਪੁਲਿਸ ਦੀ ਟੀਮ ਮਾਡਲ ਟਾਊਨ ਪੁਲਿਸ ਸਟੇਸ਼ਨ ਦੀ ਟੀਮ ਵੱਲੋਂ, ਉਹਨਾਂ ਵਿੱਚੋਂ ਇੱਕ ਹੈ ਰੋਹਿਤ ਉਰਫ ਮੱਲਾ ਅਤੇ ਦੂਸਰਾ ਹੈ ਹਰਜਿੰਦਰ ਉਰਫ ਜਿੰਦਰੀ। ਇਹਨਾਂ ਦੋਵਾਂ ਤੋਂ ਇੱਕ ਦੇਸੀ ਪਿਸਤੌਲ, 32 ਬੋਰ ਅਤੇ ਜ਼ਿੰਦਾ ਰੌਂਦ ਰਿਕਵਰ ਕੀਤੇ ਗਏ, ਜਿਹਦੇ ਤਹਿਤ ਮੁਕੱਦਮਾ ਨੰਬਰ 200 ਥਾਣਾ ਮਾਡਲ ਟਾਊਨ ਦੇ ਵਿੱਚ ਦਰਜ ਹੋਇਆ। ਅਸਲਾ ਐਕਟ ਦੀ ਧਾਰਾਵਾਂ ਤਹਿਤ ਇਹਨਾਂ ਦੀ ਪੁੱਛਗਿੱਛ ਕਰਨ ਤੋਂ ਪਤਾ ਚੱਲਿਆ ਕਿ ਇਹਨਾਂ ਨੇ ਹੀ ਜਿਹੜੀ ਤੁਲਸੀ ਨਗਰ ਦੇ ਵਿੱਚ ਫਾਇਰਿੰਗ ਹੋਈ ਸੀਗੀ ਕੁਛ 4-5 ਦਿਨ ਪਹਿਲਾਂ, ਉਹ ਫਾਇਰਿੰਗ ਵੀ ਇਹਨਾਂ ਨੇ ਹੀ ਕੀਤੀ ਸੀਗੀ, ਅਤੇ ਉਸ ਦੇ ਨਾਲ ਉਹ ਮੈਟਰ ਵੀ ਸੋਲਵ ਹੋ ਗਿਆ, ਟਰੇਸ ਹੋ ਗਿਆ, ਅਤੇ ਨਾਲੇ ਇੱਕ ਹੋਰ ਦੇਸੀ ਪਿਸਤੌਲ ਇਹਨਾਂ ਤੋਂ ਰਿਕਵਰ ਹੋਇਆ ਹੈ। ਇਸ ਤੋਂ ਇਲਾਵਾ ਅਪ੍ਰੈਲ ਦੇ ਮਹੀਨੇ ਦੇ ਵਿੱਚ ਇਹਨਾਂ ਨੇ ਬਹੁਤ ਸੰਗੀਨ ਜੁਰਮ ਕਰਦੇ ਹੋਏ, ਇਰਾਦਾ ਹੈ ਕਤਲ ਦਾ, ਇੱਕ ਮਨਪ੍ਰੀਤ ਉਰਫ ਮੰਮੂ ਗੁੱਜਰ ਦੇ ਖਿਲਾਫ ਨੂੰ ਕਾਫੀ ਸੱਟਾਂ ਮਾਰੀਆਂ ਸੀ, ਅਤੇ ਇਹ ਦੋਵੇਂ ਦੋਸ਼ੀ ਦੇ ਫੜੇ ਜਾਣ ਨਾਲ ਸਾਡਾ ਉਹ ਮੁਕੱਦਮਾ ਵੀ ਟਰੇਸ ਹੋ ਗਿਆ। ਇਹਨਾਂ ਤੋਂ ਪਿਸਤੌਲ, ਇਲੀਗਲ ਵੈਪਨ, ਰੌਂਦ ਜ਼ਿੰਦਾ ਅਤੇ ਇਹਨਾਂ ਦੀ ਗੱਡੀ ਜਿਸ ਦੇ ਵਿੱਚ ਟਰੈਵਲ ਕਰ ਰਹੇ ਸੀ ਉਹ ਬਰਾਮਦ ਹੋਏ ਨੇ। ਰੋਹਿਤ ਮੱਲਾ ਦੇ ਉੱਤੇ 4 FIRs ਨੇ ਅਤੇ ਹਰਜਿੰਦਰ ਜਿੰਦਰੀ 'ਤੇ 3 FIRs ਨੇ। ਹੁਣ ਅਸੀਂ ਗੋਹ ਨਾਲ ਅੱਗੇ ਤਫਤੀਸ਼ ਕਰਕੇ ਇਸ ਦੇ ਵਿੱਚ ਅੱਗੇ ਜੋ ਵੀ ਨਵੇਂ ਡਿਵੈਲਪਮੈਂਟਸ ਹੋਣਗੇ ਉਸ ਨੂੰ ਫੋਲੋਅਪ ਕਰਾਂਗੇ। ਇਹ ਹੁਣੇ ਹੀ ਦੋਸ਼ੀ ਫੜੇ ਗਏ ਨੇ ਅਤੇ ਇਸ 'ਤੇ ਹੁਣ ਅਸੀਂ ਬੈਕਵਰਡ ਲਿੰਕੇਜ ਟਰੇਸ ਕਰਾਂਗੇ ਕਿ ਕਿੱਥੋਂ ਲੈ ਕੇ ਆਏ ਹੈ, ਨਾ ਕੇਵਲ ਹਥਿਆਰ ਬਟ ਈਵਨ ਜੋ ਇਹਨਾਂ ਦੇ ਕੋਲ ਰੌਂਦ ਸੀ ਉਹ। ਸਰ ਇੱਕ ਹੋਰ ਚੀਜ਼ ਹੈ ਕਿ ਜਿਹੜੇ ਇਹ ਦੋ ਹਥਿਆਰ ਫੜੇ, ਇੱਕ ਤਾਂ ਦੇਸੀ ਹੈ, ਜਿਹੜਾ ਦੂਸਰਾ ਰਿਵੋਲਵਰ ਕੀ ਲਾਇਸੈਂਸ ਸੀ ਜਾਂ ਹੋਇਆ? ਦੋਵੇਂ ਦੇਸੀ ਪਿਸਤੌਲ ਹੈ ਜੀ। ਹਾਂਜੀ, ਇੱਕ ਇਹਨਾਂ ਤੋਂ ਬਾਅਦ ਰਿਕਵਰ ਹੋਇਆ ਹੈਗਾ, ਇੱਕ ਇਹਨਾਂ ਕੋਲ ਮੌਕੇ 'ਤੇ ਸੀ। ਅਤੇ ਜਿਹੜੀ ਉਹ ਫਾਇਰਿੰਗ ਹੋਈ ਸੀ ਤੁਲਸੀ ਨਗਰ ਵਗੈਰਾ, ਉਹਦੇ ਵਿੱਚ ਉਹ ਇਹਨਾਂ ਦੇ ਆਪਣੇ ਵੈਪਨ ਸੀਗੇ ਕਿ ਇਹੀ ਵੈਪਨ ਯੂਜ਼ ਹੋਏ ਸੀ ਜੀ? ਹੋਰ ਤਾਂ ਨਹੀਂ ਇਹਨਾਂ ਦੇ ਵਿੱਚ ਕੋਈ ਹੋਰ ਆਰੋਪੀ ਸੀਗਾ ਜਿਹੜੇ ਰਹਿੰਦੇ ਹੋਣਗੇ? ਇੱਕ ਹੈ ਜੋ ਇਹਨਾਂ ਦੇ ਨਾਲ, ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਕਿ ਅਪ੍ਰੈਲ ਮਹੀਨੇ ਦੀ ਵਾਰਦਾਤ ਕੀਤੀ ਸੀ, 115 ਨੰਬਰ ਮੁਕੱਦਮਾ, ਇੱਕ ਇਹਨਾਂ ਦਾ ਸਾਥੀ ਹੈ ਸੁਖਵਿੰਦਰ ਸੁੱਖਾ, ਉਸ 'ਤੇ ਵੀ ਹੁਣ ਅਸੀਂ ਤਫਤੀਸ਼ ਕਰਕੇ ਉਸ ਦੇ ਵੀ ਪਿੱਛੇ ਲੱਗਾਂਗੇ। ਸਰ ਜਿਹੜੇ ਪਹਿਲੇ ਮਾਮਲੇ ਦਰਜ ਹੋਣਾ, ਅਤੇ ਉਹ ਕਿਸ ਤਰ੍ਹਾਂ ਦੇ ਅਪਰਾਧਿਕ ਮਾਮਲੇ ਨੇ? ਅਪਰਾਧਿਕ ਵੀ ਹੈ, NDPS ਦੇ ਵੀ ਨੇ, ਰੋਹਿਤ ਮੱਲਾ 'ਤੇ, ਅਤੇ ਜਿਹੜੇ ਆਪਣੇ ਹਰਜਿੰਦਰ ਜਿੰਦਰੀ 'ਤੇ 3 ਅਪਰਾਧਿਕ ਮਸਲੇ ਦਰਜ ਹੈ ਲੜਾਈ ਝਗੜੇ ਦੇ, ਅਤੇ ਇਹੀ 307 ਦੇ। ਇਹ ਜੀ ਕੋਈ ਗੱਲ ਸਾਹਮਣੇ ਨਹੀਂ।